ਬਠਿੰਡਾ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਦੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਵੱਲੋਂ ਬਠਿੰਡਾ 'ਚ ਲੋੜਵੰਦ ਲੋਕਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਰਾਸ਼ਨ ਵਿੱਚ ਘਰ ਦੀਆਂ ਲੋੜਾਂ ਲਈ ਸਾਰਾ ਹੀ ਸਮਾਨ ਦਿੱਤਾ ਗਿਆ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਗ੍ਰੀਨੈਸ ਵਿੰਗ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੀ ਬਾਂਹ ਫੜ ਕੇ ਅੱਗੇ ਆਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਖੜ੍ਹੇ ਹਾਂ ਅਤੇ ਗਰੀਬ ਲੋਕਾਂ ਦੀ ਮਦਦ ਲਈ ਹਰ ਵੇਲੇ ਅੱਗੇ ਹੀ ਰਹਾਂਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਕੁਮਾਰ ਵੱਲੋਂ ਵੀ ਇਹਨਾਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਬੋਲਦਿਆਂ 45 ਮੈਂਬਰ ਪੰਜਾਬ ਦੇ ਆਗੂ ਗੁਰਮੇਲ ਸਿੰਘ ਨੇ ਦੱਸਿਆ ਕਿ ਡੇਰੇ ਵੱਲੋਂ ਇਸ ਤਰ੍ਹਾਂ ਦੇ ਕਾਰਜ ਪਹਿਲਾਂ ਵੀ ਬਹੁਤ ਕੀਤੇ ਨੇ ਅਤੇ ਡੇਰਾ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ। ਮਨੁੱਖਤਾ ਦੀ ਸੇਵਾ ਵਿੱਚ ਅੱਜ ਤੱਕ ਡੇਰਾ ਕਦੇ ਵੀ ਪਿੱਛੇ ਨਹੀਂ ਹਟਿਆ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋੜਵੰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਸਹਾਰਾ ਦਈਏ। ਦੱਸ ਦਈਏ ਕਿ ਇਹਨਾਂ ਵੱਲੋਂ ਹਰ ਇੱਕ ਵਾਰਡ ਵਿੱਚ ਭੰਗੀ ਦਾਸ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਆਪਣੇ ਵਾਰਡ ਵਿੱਚ ਗਰੀਬ ਲੋਕਾਂ ਦੀ ਜੋ ਲੋੜਵੰਦ ਨੇ ਉਹਨਾਂ ਦੀ ਲਿਸਟ ਬਣਾਵੇ ਅਤੇ ਇਹਨਾਂ ਵੱਲੋਂ ਬਠਿੰਡਾ ਸ਼ਹਿਰ ਵਿੱਚ 2000 ਦੇ ਕਰੀਬ ਲੋਕਾਂ ਨੂੰ ਕਿੱਟਾਂ ਦੇਣ ਦਾ ਵਾਅਦਾ ਕੀਤਾ ਹੈ ਅਤੇ ਅੱਜ 850 ਦੇ ਕਰੀਬ ਇਹਨਾਂ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ। ਉਹਨਾਂ ਕਿਹਾ ਕਿ ਅਗਰ ਲੋੜ ਪਈ ਤਾਂ ਬਾਅਦ ਵਿੱਚ ਵੀ ਅਸੀਂ ਇਹਨਾਂ ਦੀ ਮਦਦ ਕਰਦੇ ਰਹਾਂਗੇ। ਡੇਰੇ ਦੇ ਆਗੂਆਂ ਵੱਲੋਂ ਅੱਗੇ ਦੱਸਿਆ ਕਿ ਅਸੀਂ ਇਸ ਵਕਤ ਉਹਨਾਂ ਮਿਡਲ ਕਲਾਸ ਲੋਕਾਂ ਦੀ ਬਾਂਹ ਫੜ ਰਹੇ ਹਾਂ ਜੋ ਲਾਈਨਾਂ ਵਿੱਚ ਲੱਗ ਕੇ ਰਾਸ਼ਨ ਨਹੀਂ ਲੈ ਸਕਦੇ, ਪਰ ਅਸੀਂ ਉਹਨਾਂ ਦੇ ਘਰ ਜਾ ਕੇ ਦੇਖਿਆ ਕਿ ਉਹਨਾਂ ਨੂੰ ਲੋੜ ਹੈ। ਅਸੀਂ ਉਹਨਾਂ ਨੂੰ ਰਾਤ ਬਰਾਤੇ ਜਾਂ ਵੇਲੇ ਕਵੇਲੇ ਉਹਨਾਂ ਦੇ ਘਰ ਜਾ ਕੇ ਅਸੀਂ ਉਹਨਾਂ ਨੂੰ ਰਾਸ਼ਨ ਦੇ ਰਹੇ ਹਾਂ। ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੋਕਡਾਊਨ ਵਿੱਚ ਲੋਕਾਂ ਦੇ ਕੰਮ ਬਿਲਕੁਲ ਬੰਦ ਹੋ ਚੁੱਕੇ ਹਨ। ਇਸ ਲਈ ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਇਸ ਭਿਆਨਕ ਬਿਮਾਰੀ ਦਾ ਅੱਗੇ ਫੈਲਾਅ ਨਾ ਹੋ ਸਕੇ। ਦੱਸ ਦਈਏ ਕਿ ਪਿਛਲੇ ਦਿਨੀ ਬਠਿੰਡਾ ਵਿਖੇ 41 ਕੋਰੋਨਾ ਦੇ ਪੋਜ਼ਿਟਿਵ ਕੇਸ ਆ ਚੁੱਕੇ ਹਨ। ਇਸ ਲਈ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦਾ? ਮੈਂ ਅਸ਼ੋਕ ਕੁਮਾਰ ਜਰਨ ਸਿਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ। ਅੱਜ ਸਮੂਹ ਡੇਰਾ ਪ੍ਰੇਮੀ ਜਿੰਨੇ ਵੀ ਸਾਡੇ ਸਾਥੀ ਦੋਸਤ ਮਿੱਤਰ ਆਪਣੇ ਪੱਲਿਓਂ ਪੈਸੇ ਇਕੱਠੇ ਕਰਕੇ ਗਰੀਬ ਲੋਕਾਂ ਨੂੰ ਜੋ ਰਾਸ਼ਨ ਵੰਡ ਰਹੇ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਪਹਿਲਾਂ ਵੀ ਇਹ ਹਮੇਸ਼ਾ ਸਮਾਜਿਕ ਕੰਮਾਂ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਰਹੇ ਹੈ, ਦੁੱਖ ਦਰਦ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਰਹੇ ਹੈ। ਅਸੀਂ ਹਮੇਸ਼ਾ ਇਹਨਾਂ ਦੇ ਰਿਣੀ ਹੈ ਇਸ ਗੱਲੋਂ ਕਿ ਸਮਾਜ ਦੇ ਵਿੱਚ ਵੱਧ ਚੜ੍ਹ ਕੇ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣ।
हाँ जी, मैं गुरमेल सिंह 45 मैंबर पंजाब। अज असी बठिंडा ब्लाक की शाह सतनाम जी ग्रीन सिविल डिफेंस फोर्स वालों सारे ब्लाक के बहुत सारे परिवार जिहड़े कि असी लोकेट करे जो लोड़वंद परिवार उन्होंने राशन देने जा रहे हैं। शाह सतनाम जी ग्रीन वेलफेयर फोर्स विंग डेरा सच्चा सौदा सरसा वालों हमेशा लिए मानवता भलाई के कामों के मोहरी होकर सेवा की जाती है। पर अज साढ़े बठिंडा ब्लाक के लोड़वंद परिवारों शाह सतनाम जी ने ग्रीनस ने किन्ने के परिवार जो लगभग 850 तो उपर जो परिवार असी राशन दे चुके हैं जी, और जो होर परिवार आ रहे साढ़े कोलोड़वंद उन्होंने भी असी अगला टीचा मिथ रहे हैं। धन्यवाद। सर मेरा नाम चंद्रपाल 45 नंबर पंजाब जी। हाँ जी, की कहना चाहते हैं? सर असी कोरोना महामारी मद्देनज़र रखते हुए साड़ी सतनाम जी ग्रीनस वेलफेयर फोर्स विंग लोड़वंद परिवारों को राशन दे रहे हैं जी। शहर के बठिंडे जिन्हें भी गरीब लोड़वंद परिवार है असी सर्वे करे है। 25 वार्डों के असी कल मतलब राशन दिता है गरीब परिवारों को, और 25 वार्डों के अज असी दे रहे हैं। होर भी जो भी कोई साढ़े साह संगत भंगी का सर्वे कर रहे हैं, जिस भी कोई लोड़ राशन पाने की वो असी सर दिंदे रहेंगे। साड़ी जो भी डेरा सच्चा सौदा की शाह सतनाम जी ग्रीनस वेलफेयर फोर्स विंग है, इस दुख की घड़ी के कोरोना महामारी के मद्दे नज़र रखते हुए कितने भी कोई ब्लड की कोई लोड़ पैंदी है, कोई राशन की लोड़ पैंदी है, कोई भी जरूरत पैंदी है तो वो असी बेनती करते हैं जी। साथी मतलब कोई भी किसी भी कोई प्रशासन की कोई डिमांड है तो अभी आ जाए। सर अज राशन वास्ते इतने आए हैं अज यह इस कोरोना वायरस की घड़ी के अपने प्रेमी संगत वालों राशन डिस्ट्रीब्यूट किया गया सुखा राशन, तो मैं इन्हों का धन्यवाद करता जे मनुखता का कम कर रहे हैं। बठिंडा सरगर्मी देखने लिए साडे चैनल सबसक्राइब करो, बेल आइकन का बटन दबाओ, लाइक करो।